Oh,
सिर ते खलोती हुई मौत हसदी है। मैनू एक चेता भी नहीं करता, हालांकि मैं मैसेज भेज चुकी हूं। बुढ़ेपा मृत्यु का मौत का एक मैसेज है, एक सुनेहा है, एक संदेश है, क्योंकि बुढ़ेपे विच कुछ चीजां मौत पहला लै जांदी है। अजे जीवन नूं नहीं ले जांदी, कुछ बहुत प्यारियां चीजां जिन्हां बिना मनुख जीवना मुहाल समझदा। जिन्हां बिना जीवन अधूरा जाणदा है, वह है अखां दी जोत, दंदां दी चबास सकण दी शक्ति, सर्वनी कन्नां दी सुणन दी स्रोत दी शक्ति, जबान दे बोलन दी शक्ति, पैरां दे चलन दी शक्ति, हथां दे कुछ कर सकण दी शक्ति, सारा कुछ लै जांदी है। अजे जीव नहीं जांदा, गुरु ने बाणी विच आखिया, कहन लगी चबन चलन रतन से सुनियर बह गए, चबट दंड चलन पैर पैरों की शक्ति हूं तुरया नहीं जाता, अखां रतन सुनियर कान चबन चलन रतन से सुनियर बह गए। शरीर ने ता मारी ते आख्या, जिन्हां दे सहारे मैं जीवन खुशी खुशी माण रहा सा, वो मेरे मित्र ते चले गए। हेड़े बुत्ती ता से जानी चल गए, चले गए। गुरु ने आख्या, एक संदेश है तेरे जान का, पर केड़ी अजीब गल है, इन्हां दे जान तो बाद दुखी है, जो चलिया ना जाए दुख तो होंदा, जो सुनिया ना जाए दुख तो होंदा, जो खाना खाधा ना जाए चबाया ना जाए दुख तो होंदा, जो अखां कुछ देख ना सकन दुख तो होंदा, दुखी भी है। गुरु कहिंदे दुखी तो है, पर यह नहीं समझदा कि मेरे जाने का संदेश है। अजे तक तू उनका आल्टरनेटिव ढूंढ रहा है, अखां नहीं देख सकदियां, चलो एन कलवा लेना, कदम नहीं तुर सकते, चलो सोटी का सहारा ले लेना, कान नहीं सुनते, चलो मशीन लवा लेना। हर चीज का बदल ढूंढना है, क्यों ढूंढना पता लोग। ਇੱਥੋਂ ਬਾਬਾ ਕਬੀਰ ਜੀ ਦੇ ਅੱਜ ਦੇ ਸਲੋਕ ਦਾ ਸਾਰ ਤੱਤ ਸ਼ੁਰੂ ਹੁੰਦਾ ਹੈ।
ਜਦੋਂ ਇਹ ਚੀਜ਼ਾਂ ਚਲੀਆਂ ਜਾਂਦੀਆਂ ਨੇ ਉਹਨਾਂ ਦਾ ਮਨ ਕੋ ਬਦਲ ਢੂੰਡਦਾ ਹੈ ਨਾ ਕਿਉਂ ਢੂੰਡਦਾ ਕਿਉਂਕਿ ਹੋਰ ਜਿਉਣਾ ਚਾਹੁੰਦਾ ਰੱਖੇ ਗੁਰੂ ਨੇ ਇੱਕ ਗੱਲ ਬਾਰ ਬਾਰ ਆਖੀ ਕਹਿਣ ਲੱਗੇ ਅੱਖਾਂ ਨੇ ਦੇਖ ਦੇਖ ਕੇ ਰੱਜ ਗਈਆਂ ਉਹਨਾਂ ਆਖਿਆ ਹੁਣ ਅਸੀਂ ਹੋਰ ਨਹੀਂ ਦੇਖਦੀਆਂ ਖਾਂਦਿਆਂ ਖਾਂਦਿਆਂ ਮੂੰਹ ਰੱਜ ਗਿਆ ਉਹਨਾਂ ਆਖਿਆ ਅਸੀਂ ਹੋਰ ਨਹੀਂ ਖਾਂਦੇ ਤੂੰ ਫਿਰ ਬਦਲ ਢੂੰਡਣਾ ਪਰ ਕਿਉਂ ਢੂੰਡਣਾ ਕਿਉਂਕਿ ਅੰਦਰਲੀ ਭੁੱਖ ਨਹੀਂ ਰੱਜ ਵਿੱਚ ਬਦਲੀ ਭੁੱਖ ਰੱਜ ਵਿੱਚ ਨਹੀਂ ਬਦਲੀ ਭੁੱਖ ਇੱਕ ਉਹ ਚੀਜ਼ ਹੈ ਜਿਹੜੀ ਮੌਤ ਤੋਂ ਵੀ ਬੁਰੀ ਲੋਕਾਂ ਨੇ ਆਖਿਆ ਫਰੀਦਾ ਫਰੀਦੀ ਬਾਹਰ ਉਹਦੇ ਲਫ਼ਜ਼ ਨੇ ਜਿਹੜੇ ਬਾਣੀ ਵਿੱਚ ਨੇ ਉੱਥੇ ਉਹ ਕਹਿੰਦਾ ਫਰੀਦਾ ਮੌਤ ਤੋਂ ਭੁੱਖ ਬੁਰੀ ਮੌਤ ਨਾ ਰੋ ਭੁੱਖ ਜ਼ਿਆਦਾ ਪਰੇਸ਼ਾਨ ਕਰਦੀ ਮੌਤ ਦਾ ਨਾਂ ਜਦੋਂ ਮੈਂ ਇੱਕ ਵਾਰ ਕੀਤੀ ਸੀ ਜਦੋਂ ਦੁੱਖਾਂ ਦੀ ਗਿਣਤੀ ਕਰਨ ਲੱਗੇ ਨਾ ਗੁਰੂ ਬਾਣੀ ਵਿੱਚ ਉਦੋਂ ਮੌਤ ਨੂੰ ਸਭ ਤੋਂ ਅਖੀਰ ਤੇ ਰੱਖ ਦਿੱਤਾ ਕਹਿਣ ਲੱਗੇ ਨਹੀਂ ਕੋਈ ਵੱਡੀ ਗੱਲ ਨਹੀਂ ਮੌਤ ਤਾਂ ਹੀ ਜਾਣੀ ਵਿਛੋੜਾ ਸਭ ਤੋਂ ਪਹਿਲਾਂ ਦੁੱਖ ਆਖਿਆ ਕਿਉਂਕਿ ਵਿਛੋੜੇ ਚ ਮਨੁੱਖ ਨੂੰ ਨਾ ਦਿਨੇ ਚੈਨ ਆਉਂਦੀ ਹੈ ਨਾ ਰਾਤ ਆਉਂਦੀ ਹੈ ਜਿਹਦੇ ਕੋਲ ਵਿਛੜਿਆ ਹੋਵੇ ਉਹ ਪਲ ਪਲ ਉਹਦੀ ਯਾਦ ਵਿੱਚ ਜੁੜਿਆ ਰਹਿੰਦਾ ਚੈਨ ਨਹੀਂ ਆਉਂਦੀ ਤੇ ਭੁੱਖ ਦੂਜੇ ਨੰਬਰ ਤੇ ਹੈ ਕਮ ਸੇ ਕਮ ਇੱਕ ਵਾਰ ਖਾ ਲਓ ਦੋ ਚਾਰ ਘੰਟੇ ਬਿਤਾ ਲੈਂਦੇ ਇਸ ਲਈ ਇਹਨੂੰ ਦੂਜੇ ਨੰਬਰ ਦਿੱਤਾ ਪਰ ਇਹ ਵੀ ਖਤਮ ਨਹੀਂ ਹੁੰਦੀ ਚਾਰ ਘੰਟੇ ਬਾਅਦ ਫਿਰ ਵਾਰਨਿੰਗ ਦਿੰਦੀ ਹੈ ਨਹੀਂ ਕੋਈ ਖਾ ਪਿਛੋੜਾ ਤਾਂ ਬਿਲਕੁਲ ਨਹੀਂ ਖਤਮ ਹੁੰਦਾ ਪਰ ਦਿਨ ਰਾਤ ਹੀ ਬੇਚੈਨ ਰੱਖਦਾ ਦਿਨ ਰਾਤ ਬੇਚੈਨ ਰੱਖਦਾ ਗੁਰੂ ਦੇ ਬਾਣੀ ਵਿੱਚ ਵੀ ਆ ਮੈਨੂੰ ਇੰਨੀ ਨੀਂਦ ਨਾ ਆਵੇ ਜੀ ਉਹ ਭਾਵੇ ਅੰਨ ਨਾ ਪਾਣੀ ਪਾਣੀ ਅੰਨ ਨਾ ਭਾਵੇ ਮਰੀ ਹਾਵੇ ਤਿੰਨ ਫਿਰ ਕਿਉਂ ਸੁੱਖ ਪਾਈ ਮਾਲਕ ਤੋਂ ਵਿਛੜੀ ਆਈ ਹੈ ਨਾ ਮੈਨੂੰ ਨੀਂਦ ਚੰਗੀ ਲੱਗਦੀ ਹੈ ਨਾ ਮੈਨੂੰ ਖਾਣਾ ਚੰਗਾ ਲੱਗਦਾ ਪਰ ਭੁੱਖ ਉਹਦੇ ਤੋਂ ਦੂਜੇ ਨੰਬਰ 'ਤੇ ਹੈ ਜਿਹੜੀ ਦੋ ਚਾਰ ਘੰਟੇ ਬਿਤਾ ਲੈਂਦੀ ਹੈ ਪਰ ਮਰਦੀ ਨਹੀਂ ਖਤਮ ਨਹੀਂ ਹੁੰਦੀ ਫਿਰ ਵਾਰਨਿੰਗ ਦਿੰਦੀ ਹੈ ਅਤੇ ਇੰਨੀ ਵਾਰਨਿੰਗ ਨਿਰਣੀ ਇੰਨਾ ਮਜਬੂਰ ਕਰ ਦਿੰਦੀ ਹੈ ਕਿ ਉਸ ਭੁੱਖ ਨੂੰ ਮਿਟਾਉਣ ਲਈ ਮਨੁੱਖ ਚੋਰੀਆਂ ਕਰਦਾ ਹੈ ਠੱਗੀਆਂ ਕਰਦਾ ਹੈ ਕਿਸੇ ਨੂੰ ਪਰੇਸ਼ਾਨ ਕਰਦਾ ਹੈ ਰਾਤ ਦੇ ਅੰਧੇਰੇ ਵਿੱਚ ਠੇਡੇ ਖਾਂਦਾ ਹੈ ਭੁੱਖ ਫਿਰ ਵੀ ਨਹੀਂ ਮਿਟਦੀ ਦੂਜੇ ਨੰਬਰ ਤੇ ਰੱਖਿਆ ਗੁਰੂ ਨੇ ਇੱਕ ਵਿਛੋੜਾ ਇੱਕ ਦੁੱਖ ਭੁੱਖ ਤੇ ਮੌਤ ਨੂੰ ਤੀਜੇ ਨੰਬਰ ਤੇ ਰੱਖਿਆ ਕਹਿ ਲੱਗੇ ਨਹੀਂ ਉਹ ਭੁੱਖ ਨਾਲੋਂ ਮਾੜੀ ਨਹੀਂ ਉਹਨੇ ਦੇਖਣਾ ਇਹ ਵੀ ਮਨੁੱਖ ਦੀ ਭੁੱਖ ਕੋਈ ਖਾਣੇ ਦੀ ਸਿਰਫ ਨਹੀਂ ਸਿਰਫ ਖਾਣੇ ਦੀ ਹੋਵੇ ਨਾ ਤਾਂ ਗੱਲ ਜਿੱਥੇ ਅੱਜ ਖਲੋਣਾ ਚਾਹੁੰਦਾ ਬਾਬਾ ਕਬੀਰ ਕਹਿਣ ਲੱਗੇ ਹਰ ਇੱਕ ਇੰਦਰੇ ਨੂੰ ਆਪਣੀ ਆਪਣੀ ਭੁੱਖ ਹੈ ਭੁੱਖ ਤੋਂ ਭੁੱਖ ਹੈ ਚਾਹਤ ਦਾ ਨਾਂ ਹੈ ਜਿਹੜੀ ਚੀਜ਼ ਬਿਨਾਂ ਮਨੁੱਖ ਦਾ ਰੱਜ ਨਾ ਅੱਖਾਂ ਨੂੰ ਦੇਖਣ ਦੀ ਭੁੱਖ ਹੈ ਕੰਨਾਂ ਨੂੰ ਸੁਣਨ ਦੀ ਭੁੱਖ ਹੈ ਜ਼ਬਾਨ ਨੂੰ ਬੋਲਣ ਦੀ ਭੁੱਖ ਹੈ ਤੇ ਉਹ ਚੀਜ਼ ਖਤਮ ਨਹੀਂ ਹੋ ਰਹੀ ਜਿੰਨਾ ਮਰਜ਼ੀ ਵੇਖ ਲੈ ਫਿਰ ਕਹਿੰਦਾ ਹੋਰ ਵੇਖ ਲਾ ਆ ਐਨ ਕਿਲੋਣ ਦਾ ਜਾਂ ਹੋਰ ਸਾਧਨ ਕਿਉਂ ਆਪਣਾ ਕੁਝ ਹੋਰ ਦੇਖ ਲਾ ਕਿਉਂਕਿ ਭੁੱਖ ਨਹੀਂ ਗਈ ਜਿੰਨਾ ਮਰਜ਼ੀ ਸੁਣ ਲੈ ਕੁਝ ਹੋਰ ਸੁਣ ਲਾ
ਜਿੰਨਾ ਮਰਜ਼ੀ ਚੱਲ ਲੈ ਹੁਣ ਚੱਲਣੋਂ ਰਹਿ ਗਿਆ ਫਿਰ ਦੁਖੀ ਹੈ ਕੁਝ ਹੋਰ ਚੱਲ ਲਾ ਕਿਉਂਕਿ ਭੁੱਖ ਇੱਕ ਵਿਸ਼ਾ ਹਰ ਇੱਕ ਚੀਜ਼ ਨਾਲ ਸੰਬੰਧਿਤ ਹੈ ਹੁਣ ਮੈਂ ਤੇਰਾ ਪਿੱਛੇ ਜਾਣਾ ਚਾਹੁੰਦਾ ਅੱਜ ਦੇ ਬਾਬਾ ਕਬੀਰ ਜੀ ਦੇ ਸਲੋਕ ਨੂੰ ਸਪਸ਼ਟ ਕਰਨ ਲਈ ਸਾਨੂੰ ਪਿਛਲੇ ਸਲੋਕ ਦਾ ਵੀ ਸਹਾਰਾ ਲੈਣਾ ਪਿਛਲੇ ਦਿਨਾਂ ਚ ਇੱਕ ਲਫ਼ਜ਼ ਆਇਆ ਸਰ ਜਿੰਦੇ ਸਨ ਕਿ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋਈ ਪਾਛੇ ਪਾਉ ਨਾ ਦੀਜੀਏ ਅੱਗੇ ਹੋਏ ਤੇ ਉਹਦੀ ਵਿਚਾਰ ਕਰਦੇ ਹਾਂ ਆਪਾਂ ਇੱਥੇ ਪੁੱਜੇ ਸਾਂ ਵੀ ਸਾਥ ਨਾ ਲੀਜੇ ਕੋਈ ਦਾ ਮਤਲਬ ਇਹ ਨਹੀਂ ਕਿ ਕੋਈ ਭੈਣ ਭਰਾ ਮਿੱਤਰ ਦੋਸਤ ਕੋਈ ਸੰਗੀ ਨਾਲ ਨਹੀਂ ਲੈ ਕੇ ਗੁਰੂ ਕੋਲ ਜਾਣਾ ਚਾਹੀਦਾ ਲੈ ਕੇ ਜਾਣਾ ਚਾਹੀਦਾ ਜਿਨ੍ਹਾਂ ਨੂੰ ਜ਼ਿਆਦਾ ਗੁਰੂ ਨਾਲ ਜੋੜ ਸਕੇ ਉਹਨਾਂ ਹੀ ਭੁੱਲ ਜਿਹੜੀ ਨਾਲ ਨਾਲ ਲਿਜਾਣ ਵਾਲੀ ਚੀਜ਼ ਜਿਹੜੀ ਤੈਨੂੰ ਛੱਡਣੇ ਰਹੀ ਜ਼ਬਰਨ ਨਾਲ ਜਾਂਦੀ ਹੈ ਉਹਨੂੰ ਛੱਡ ਉਸ ਦਿਨ ਇੱਥੇ ਪੁੱਜੇ ਸਨ ਉਹ ਹੈ ਆਸਾ ਮਨਸਾ ਕ੍ਰਿਸ਼ਨਾ ਜਿਹਦਾ ਸਭ ਤੋਂ ਪਹਿਲਾਂ ਰਿਸ਼ਤਾ ਕਾਇਮ ਹੋਇਆ ਤੇਰੇ ਜਨਮ ਨਾਲ ਫਿਰ ਮੋਹ ਨਿਰ ਸ਼ਕਤੀ ਲੱਗੀ ਕ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਇਹ ਰਿਸ਼ਤੇਦਾਰ ਇਹ ਮਿੱਤਰ ਦੋਸਤ ਜਿਹੜਾ ਤੇਰਾ ਪਲ ਪਲ ਸਾਥ ਛੱਡ ਕੇ ਵੱਖ ਨਹੀਂ ਹੁੰਦੇ ਜਦੋਂ ਕੋ ਤੂੰ ਗੁਰੂ ਕੋਲ ਵੀ ਜਾਣਾ ਕ੍ਰਿਸ਼ਨਾ ਨਾਲ ਜਾਂਦੀ ਜਦੋਂ ਤੂੰ ਗੁਰੂ ਕੋਲ ਵੀ ਜਾਣਾ ਆਸਾ ਮਨਸਾ ਨਾਲ ਜਾਂਦੀ ਹਾਲਾਂਕਿ ਗੁਰੂ ਨੇ ਆਵਾਜ਼ ਦੇ ਕੇ ਆਖਿਆ ਆਸਾ ਮਨਸਾ ਸਗਲ ਤੇ ਅੱਗੇ ਛੱਡ ਕੇ ਤੇ ਜਾਣਾ ਸੀ ਛੱਡ ਕੇ ਤੇ ਜਾਣਾ ਸੀ ਇਹ ਤੂੰ ਛੱਡ ਕੇ ਗਿਆ ਗਿਆਨੀ ਉਹ ਅਜੀਬ ਗੱਲ ਇਹ ਹੈ ਵੀ ਇਹ ਤੈਨੂੰ ਨਹੀਂ ਛੱਡਦੀ ਆ ਕਿ ਤੂੰ ਇਹਨਾਂ ਨੂੰ ਨਹੀਂ ਛੱਡਦਾ ਲੋ ਅੱਜ ਇੱਥੇ ਅੱਜ ਕੱਲ੍ਹ ਮਨੁੱਖ ਦੀ ਜ਼ਿੰਦਗੀ ਦੀ ਇਹ ਹਾਲਤ ਹੋ ਗਈ ਜੀਵਨ ਦੀ ਇਹ ਹਾਲਤ ਹੋ ਗਈ ਕਿ ਜਿੱਥੇ ਕਿਤੇ ਵੀ ਜੀਵਨ ਦਾ ਕੋਈ ਹਿੱਸਾ ਵੀ ਇਹਦਾ ਦੇਖ ਲਓ ਇਹ ਇਹਦੇ ਸਾਥੀ ਨੇ ਤੇ ਇਹਨਾਂ ਨੂੰ ਛੱਡ ਆਸਾ ਮਨਸਾ ਨਹੀਂ ਛੱਡ ਸਕਦਾ ਇਹ ਆਸਾ ਮਨਸਾ ਦਾ ਹੀ ਦੂਜਾ ਨਾਮ ਭੁੱਖ ਹੈ ਆਸਾ ਇੱਛਾ ਮਨਸਾ ਮਨ ਦੀ ਇੱਛਾ ਉਹ ਇੱਛਾਵਾਂ ਨਹੀਂ ਛੱਡ ਸਕਦਾ ਉਹਨੇ ਗੱਲ ਬਤਾਇਆ ਸੀ ਕਿਉਂ ਨਹੀਂ ਛੱਡ ਸਕਦਾ ਕਿਉਂਕਿ ਭੁੱਖ ਹੈ ਦੇਖ ਦੇਖ ਕੇ ਅੱਖਾਂ ਰੱਜੀਆਂ ਨੇ ਹਜੇ ਤੱਕ ਇੱਛਾ ਹੈ ਦੇਖਣ ਦੀ ਅਸ ਤੱਕ ਦੇਖਣ ਦੀ ਸੁਣ ਸੁਣ ਕੇ ਕੰਨ ਰੱਜੇ ਨੇ ਹਜੇ ਤੱਕ ਇੱਛਾ ਹੈ ਸੁਣਨ ਦੀ ਭੁੱਖ ਵੱਧਦੀ ਚਲੀ ਜਾਂਦੀ ਭੁੱਖ ਘਟਦੀ ਨਹੀਂ ਬਲਕਿ ਗੁਰੂ ਨੇ ਤਾਂ ਇੱਕ ਥਾਂ ਤੇ ਬੜਾ ਖੂਬਸੂਰਤ ਉਦਾਹਰਣ ਦਿੱਤਾ ਕਹਿੰਦੇ ਨੇ ਜੇ ਕੋਈ ਮਨੁੱਖ ਆਖੇ ਕਿ ਬਹੁਤ ਸਾਰਾ ਬਾਲਣ ਪਾ ਕੇ ਮੈਂ ਅੱਗ ਨੂੰ ਰਜਾ ਦਿਆਂਗਾ ਵੀ ਬਾਲਣ ਪਾ ਦਿਆਂ ਹੋਰ ਪਾ ਦਿਆਂ ਹੋਰ ਪਾ ਦਿਆਂ ਆਖਰ ਅੱਗ ਜਵਾਬ ਦੇ ਜਾਏਗੀ ਆਖੇਗੀ ਮੈਂ ਰੱਜ ਗਈ ਹਾਂ ਤੂੰ ਮੈਂ ਨਹੀਂ ਸਾੜਦੀ ਹੁਣ ਮੈਂ ਨਹੀਂ ਜਲਾ ਸਕਦੀ ਐਸਾ ਕਦੀ ਹੋ ਸਕਦਾ ਜਿੰਨਾ ਬਾਲਣ ਪਾਓਗੇ ਉਹ ਹੋਰ ਬਣੇਗੀ ਜਿੰਨਾ ਬਾਲਣ ਪਾਓਗੇ ਉਹਦੀ ਸ਼ਕਤੀ ਬਾਲਣ ਦੀ ਜਲਣ ਦੀ ਹੋਰ ਵਧੇਗੀ ਉਹ ਕਦੀ ਰੱਜਦੀ ਨਹੀਂ ਕਹਿਣ ਲੱਗੇ ਇਹੋ ਹਾਲਤ ਮਨੁੱਖ ਦੇ ਜੀਵ ਦੀ ਹੈ ਇਹਦੇ ਅੰਦਰ ਵੀ ਇੱਕ ਭੁੱਖ ਹੈ ਭੁੱਖ ਵੀ ਇੱਕ ਅੱਗ ਕਹਿੰਦੇ ਨੇ ਅੱਗ ਨਾਲ ਭੁੱਖ ਦਾ ਬੜਾ ਸੰਬੰਧ ਹੈ ਜੋ ਚੀਜ਼ ਅਸੀਂ ਖਾਂਦੇ ਇਹ ਹਜ਼ਮ ਖਾਣੇ ਭੁੱਖ ਨਾਲ ਪਰ ਇੱਕ ਖਿਆਲ ਕਰੋ ਇਹਨੂੰ ਹਜ਼ਮ ਕੌਣ ਕਰਦਾ ਅੰਦਰ ਕੋਈ ਜਠਰਾ ਅਗਨ ਹੈ ਜੇ ਅੰਦਰਲੀ ਅਗਨ
ਇਹਨੂੰ ਹਜ਼ਮ ਕਰਨ ਦੀ ਸ਼ਕਤੀ ਖਤਮ ਹੋ ਜਾਏ ਤੇ ਤੁਸੀਂ ਭੁੱਖ ਵੀ ਲੱਗਣੀ ਬੰਦ ਹੋ ਜਾਂਦੀ, ਫਿਰ ਅਸੀਂ ਕਿਉਂ ਡਾਕਟਰ ਕੋਲ ਜਾਂਦੇ ਹਾਂ ਜੀ? ਕੋਈ ਉਹ ਦਵਾਈ ਦਿਓ, ਮੈਨੂੰ ਭੁੱਖ ਨਹੀਂ ਲੱਗਦੀ। ਉਹ ਅਸਲੇ ਨਹੀਂ ਵੀ ਭੁੱਖ ਨਹੀਂ ਲੱਗਦੀ, ਉਹ ਅੰਦਰਲੀ ਜਠਰਾ ਅਗਨੀ ਕਮਜ਼ੋਰ ਪੈ ਜਾਂਦੀ ਹੈ, ਹਜ਼ਮ ਨਹੀਂ ਹੁੰਦਾ। ਅੱਗ ਦਾ ਤੇ ਭੁੱਖ ਦਾ ਸੰਬੰਧ ਹੈ। ਤੇ ਗੁਰੂ ਨੇ ਬਾਣੀ ਵਿੱਚ ਆਖਿਆ, ਕਹਿੰਦੇ ਨੇ ਇਹ ਭੁੱਖ ਹੈ ਜਿਹੜੀ ਜੀਵ ਨੂੰ ਲੱਗੀ ਹੋਈ ਹੈ ਇਹਨਾਂ ਚੀਜ਼ਾਂ ਦੀ, ਆਸਾ ਮਨਸਾ ਦੀ। ਉੱਥੋਂ ਚੱਲ ਕੇ ਬਾਬਾ ਕਬੀਰ ਜੀ ਦੇ ਹੁਣ ਆਪਾਂ ਇਸ ਸਲੋਕ ਤੇ ਆ ਜਾਈਏ। ਹੁਣ ਦੇਖਣਾ ਇਹ ਹੈ ਕਿ ਜੀਵ ਨੇ ਛੱਡ ਰਿਹਾ ਇਸ ਭੁੱਖ ਨੂੰ ਕਿ ਭੁੱਖ ਨਹੀਂ ਛੱਡ ਰਹੀ ਜੀਵ ਨੂੰ? ਭੁੱਖ ਜੀਵ ਨੂੰ ਨਹੀਂ ਛੱਡ ਰਹੀ, ਜਿੱਥੇ ਜਾਂਦਾ ਨਾਲ ਲੈ ਜਾਂਦਾ। ਤੇ ਗੁਰੂ ਨੂੰ ਇਹ ਕਹਿਣਾ ਪਿਆ, ਸਾਧੂ ਕੋ ਮਿਲਣ ਜਾਈਏ ਸਾਥ ਨਾ ਲੀਜੇ ਕੋਈ, ਜਿੱਥੇ ਜਾਂਦਾ ਨਾਲ ਲੈ ਜਾਂਦਾ। ਕਿ ਦੂਜੇ ਪਾਸੇ ਜੀਵ ਨਹੀਂ ਛੱਡ ਰਿਹਾ। ਹੁਣ ਇਸ ਸਲੋਕ ਵਿੱਚ ਬਾਬਾ ਕਬੀਰ ਜੀ ਨੇ ਆਖਿਆ ਕਿ ਮਨੁੱਖ ਦੀ ਹਾਲਤ ਇਹ ਹੈ ਕਿ ਜੀਵ ਹੀ ਇਸ ਭੁੱਖ ਨੂੰ ਨਹੀਂ ਛੱਡ ਰਿਹਾ, ਦੁਖੀ ਹੋ ਰਹੇ, ਕਿਉਂਕਿ ਭੁੱਖ ਨਾ ਮਿਟੇ ਤਾਂ ਦੁੱਖ ਤਾਂ ਹੋਣਾ ਹੀ ਹੈ, ਭੁੱਖ ਵਧਦੀ ਜਾ ਰਹੀ ਹੈ। ਪਦਾਰਥ ਉਹਨੇ ਪ੍ਰਾਪਤ ਨਹੀਂ ਕਰ ਸਕਦਾ, ਬੁੱਢੇ ਪੇ ਵਿੱਚ ਜਾ ਕੇ ਕਮਾ ਨਹੀਂ ਸਕਦਾ, ਉਹ ਪਦਾਰਥ ਮਿਲ ਨਹੀਂ ਸਕਦੇ, ਭੁੱਖ ਵਧੀ ਹੁੰਦੀ ਹੈ। ਕੀ ਬੁੱਢੇ ਪੇ 'ਚ ਉਹਦਾ ਦਿਲ ਨਹੀਂ ਕਰਦਾ ਮੈਂ ਸੰਸਾਰ ਦੀ ਐਸ਼ ਕਰਾਂ? ਸੱਚਾਈ ਹੈ, ਸੱਚਾਈ ਹੈ। ਇਹਨੂੰ ਆਪਾਂ ਹਿਰਦੇ ਵਿੱਚ ਚਾਕ ਮਾਰ ਕੇ ਦੇਖੀਏ, ਜੇ ਭਲਾ ਬੁਢੇਪਾ ਆ ਜਾਏ ਤੇ ਕੀ ਕੋਈ ਬਜ਼ੁਰਗ ਇਹ ਨਹੀਂ ਚਾਹੁੰਦਾ ਮੈਂ ਐਸ਼ ਕਰਾਂ? ਚਾਹੁੰਦਾ। ਪਰ ਸ਼ਕਤੀ ਨਹੀਂ, ਕਮਾਏ ਕਿੱਥੋਂ? ਜਵਾਨੀ ਨਹੀਂ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਬਾਬਾ ਕਬੀਰ ਜੀ ਨੇ ਆਖ ਦਿੱਤੀ। ਕਹਿਣ ਲੱਗੇ ਮਨੁੱਖ ਦੀ ਹਾਲਤ ਇਹ ਹੋ ਗਈ ਹੈ ਕਿ ਕਰਨ ਜੋਗਾ ਕੁਝ ਨਹੀਂ ਪਰ ਅੰਦਰਲੀ ਭੁੱਖ ਨਹੀਂ ਖਤਮ ਹੋ ਰਹੀ, ਬਦਲ ਪਾ ਰਿਹਾ। ਕਹਿਣ ਲੱਗੇ ਅੱਖਾਂ ਵਿੱਚ ਪਾਣੀ ਵਗਣ ਲੱਗ ਪਿਆ, ਦਿਸਦਾ ਕੁਝ ਨਹੀਂ। ਕਮਜ਼ੋਰ ਹੋ ਗਿਆ, ਕੱਲ ਠੀਕ ਕੁਝ ਕਰ ਨਹੀਂ ਸਕਦਾ। ਕੇਸ ਦੁੱਧਵਾਨੀ ਤੇ ਕੇਸ ਦੁੱਧ ਵਾਂਗੂ ਚਿੱਟੇ ਹੋ ਗਏ। ਗਲੇ ਵਿੱਚ ਉਹ ਪਹਿਲੇ ਵਾਂਗੂ ਬੋਲਣ ਦੀ ਸ਼ਕਤੀ ਵੀ ਨਾ ਰਹੀ, ਸ਼ਬਦ ਨਹੀਂ ਉਚਰੇ ਰੂਦਾ ਕੰਠ, ਸ਼ਬਦ ਨਹੀਂ ਉਚਰੇ ਆਬ ਕਿਆ ਕਰੇ ਪਰਾਣੀ। ਭੁੱਖ ਤਾਂ ਗਈ ਨੇ, ਸਾਧਨ ਚਲਾ ਗਿਆ, ਭੁੱਖ ਨਹੀਂ ਗਈ। ਬਾਬਾ ਕਬੀਰ ਜੀ ਨੇ ਇਹੋ ਗੱਲ ਇਸ ਸਲੋਕ ਵਿੱਚ ਆਖ ਦਿੱਤੀ। ਕਹਿਣ ਲੱਗੇ ਹੰਸ ਉੱਡਿਆ ਕਬੀਰ, ਹੰਸ ਉੱਡਿਆ ਤਨ ਗਾਡਿਆ। ਹੰਸ ਉਡਾਰੀ ਮਾਰਨ ਲੱਗਾ, ਹੰਸ ਉਡਾਰੀ ਮਾਰਨ ਲੱਗਾ, ਤਨ ਢਹਿ ਪਿਆ, ਤਨ ਕਮਜ਼ੋਰ ਹੋ ਗਿਆ, ਤਨ ਦੁਰਬਲ ਹੋ ਗਿਆ, ਹੁਣ ਉੱਠਿਆ ਨਹੀਂ ਜਾਂਦਾ, ਕੁਝ ਹੋ ਨਹੀਂ ਸਕਦਾ, ਪਰ ਅੰਦਰਲੀ ਭੁੱਖ ਗਈ ਨਹੀਂ। ਪਾਸੇ ਇੱਕ ਲਫ਼ਜ਼ ਨੇ
क्योंकि शब्दावली भी नाल नाल समझनी है। हंस उड़े हो तन काटे हो तन टैप गया कमजोर पै गया कुछ नहीं कर सकता है। पर सुझाई सेना अजे तक सेना ना सेना ना तो सेना का मतलब होता है सैनता इशारे ना हूँ बोल भी नहीं सकता थी कुछ कर भी नहीं सकता तो बच्चों सैनता ना ही समझा मेरा कम कर दिया मेरा कम कर बोलन जो करने सैनता तो कम लेता है इशारे तो कम लेता है मेरी फलानी चीज फलानी थान से पी संभाल ले सुझाई सुझाई दिता है सुझाई दिता है भाव उन्होंने समझा है तो समझा कि मैं सैना सैनता न कबीर हंस उड़े हो तन काटे हो सुझाई सैना साथ नहीं दिंदा बोल भी साथ नहीं दिंदे सैनता ते आ जांदा इशारे नाल ही पता मैं जीवन दे बाकी कम करदा चला चला जाऊं पर इंदे अंदर दी भुख जिहड़ी है अखां दी भुख जिहड़ी है ओ अजे तक भी जीव छड्डदा नहीं अजे जीव ना छोड़े रंकाई रंकाई दा मतलब होंदा है गरीबी भुख भुख रंक आप गरीब कहने रंकाई का मतलब गरीबी गरीबी का मतलब भुख भुख किसी भुखे नु आप की है ये गरीब ने ये भुखा है। कहने लगे यह हालत हो गई जीवन की हंस जान वाला उड़ रहा है मौत सिर ते खड़ी है मृत से सिर उपरे पशुआ नहीं बूझे बाद साध अहंकार में मरना नहीं सूझे हंस उड़ रहा है मौत सिर ते खड़ी है तन टैप है तन दा साध खत्म हो गया है हुण इशारियां नाल भी कुछ समझाना चाहता है मरदा मरदा भी कुछ समझाना चाहता है मेरा आ कम हो गया है मेरा कम हो गया है कबीर कहने दे मैनू इयो ही दिसदा है जीव दे अंदर अजे तक ओ भुख ओ रंकाई खलोती है जिहड़ी छड्ड नहीं गया कहन लगे अजू जीओ छोड़ रही ना छो
खत्म हो जाए होर दी गल ना रहे। कहन लगे मेरे जीवन दा सहारा मेरे जीवन दी ओट है प्रभु तू है बस वनु होर बाकी कोई भुख नहीं रही ना मेरियां अखां कुछ होर वेखना चाहदियां ना मेरे कन्न कुछ होर सुनना चाहते ना मेरी जबान कुछ होर बोलना चाहती मैं चाहता की हाँ मेरी भुख की केवल एक एक शब्द है जीवन की असल कहानी कह लगे जीवना सफल जीवन की है बुखारा के सारी जिंदगी भुख न तृप्ति में बदलने कुछ करता रहे पर भुख ना मिटे वो कुछ सफल जीवन कहन लगे जीवना सफल जीवन सुन हर जप जप सद जीवना अगले पास एक लफज ने कहन लगे पी ओ जिंदे नाल मन अदा जाए प्यास बुझ जाए खा ओ जिंदे नाल मन रज जाए कह लगे पीवना जित मन अगहावै नाम अमृत रस पीवना खावना जित भूख ना लागे ओ खा जड़ी मुड़ तेन भुख सताए ना संसार दे पदार्थां दी दुनियावी चीजां दी वस्तुआं दी तां भुख कदी खत्म हिंदी नहीं हुंदी नाल ही लेंदे कह लगे खावना जित भूख ना लागे गल तो भुख दी है खावना जित भूख ना लागे संतोख सदा तृप्ति बिना एहो ही गल बाबा कबीर जी ने अगले श्लोक विच आख दित्ती ते कहन लगे जाना कि मेरियां अखां देखन तां सिर्फ तैनू बस मैं जिधर देखा तू सभी थाई जिथे हो जाए मैनू होर कुछ देखने की लोड़ ही ना प्रतीत इन्नियां अखां रज जान तैनू वेख के मैं होर कुछ वेखन की चाहत ही ना रखा नैन निहारो तुझको बस सरवन सुनो तो ना जे मैं सरवना कन्ना नाल कोई आवाज सुना गल सुना ता वो सिर्फ तेरी गल होवे किसे होर दी गल ना होवे रजन दा तरीका सफल जीवन की निशानी कह लगी नैन निहारो तुझको सरवन सुनो तोड़ आओ फिर कहन लगे कि बैन उचरू तो नाम तुझ नाम जे बैन कहते ने बोलना जे मेरी जबान बोले तो सिर्फ तेरा नाम जे मैं हिरदे विच चाक मारा तो मैनू केवल हिरदे विच बैठा होया तू दिसे मैनू दुनिया दा होर कोई मित्र दुनिया दा होर संसार दा होर कोई पदार्थ दी लालसा मेरे हिरदे विच ना बैठी होवे कहन लगे बस
ਇੱਥੇ ਜਾ ਕੇ ਮੇਰੀ ਭੁੱਖ ਮਿਟੇਗੀ ਤਾਂ ਕਿ ਮੈਨੂੰ ਹੋਰ ਚਾਹਤ ਆਸਾ ਮਨਸਾ ਖਤਮ ਹੋ ਜਾਏ। ਬਾਬਾ ਕਬੀਰ ਕਹਿਣ ਲੱਗੇ ਸਟੇਸ਼ਨ ਤੇ ਪੁੱਜਣਾ ਹੈ ਜਿੱਥੇ ਮਨੁੱਖ ਨੂੰ ਉਤਰਨਾ ਹੀ ਪੈਣਾ ਤੇ ਉਸ ਸਟੇਸ਼ਨ ਉਸ ਪੜਾਅ ਦਾ ਨਾਂ ਹੀ ਮੌਤ ਹੈ। ਪਰ ਮਨੁੱਖ ਦੀ ਹਾਲਤ ਇਹ ਹੈ ਇਹ ਉਸ ਸਟੇਸ਼ਨ ਤੇ ਪੁੱਜ ਕੇ ਵੀ ਅਜੇ ਤੱਕ ਉਤਰਨਾ ਨਹੀਂ ਚਾਹੁੰਦਾ, ਇਹ ਵਸ ਨਹੀਂ। ਗੁਰੂ ਕਹਿੰਦੇ ਨੇ ਇਹ ਵਸ ਨਹੀਂ, ਰੱਜ ਇਸੇ ਵਿੱਚ ਹੈ। ਭੁੱਖ ਮਿਟਾਉਣ ਦਾ ਤਰੀਕਾ ਇਹੋ ਹੀ ਹੈ ਕਿ ਆਪਣੇ ਪੜਾਅ ਨੂੰ ਆਪਣੇ ਸਟੇਸ਼ਨ ਨੂੰ ਪਛਾਣੇ ਅਤੇ ਖੁਸ਼ੀ ਖੁਸ਼ੀ ਪ੍ਰਤੀਤ ਕਰੇ ਕਿ ਮੇਰੇ ਜੀਵਨ ਦਾ ਉਹ ਵੀ ਇੱਕ ਪੜਾਅ ਸੀ ਜਿੱਥੋਂ ਆਰੰਭ ਹੋਇਆ ਅਤੇ ਇਹ ਵੀ ਇੱਕ ਪੜਾਅ ਹੈ ਜਿੱਥੇ ਮੈਂ ਪਹੁੰਚ ਗਿਆ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ। ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।